ਲੁਧਿਆਣਾ ਦੇ ਹਲਕਾ ਗਿੱਲ ਅਧੀਨ ਪੈਂਦੇ ਜ਼ੋਨ ਗਿੱਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਭੁਪਿੰਦਰ ਕੌਰ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਮਲਜੀਤ ਸਿੰਘ ਕੜਬਲ ਵੱਲੋਂ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਮੌਕੇ ਸਰਦਾਰ ਕੜਬਲ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮੀਲ ਪੱਧਰ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਬੀਬੀ ਭੁਪਿੰਦਰ ਕੌਰ ਦੀ ਜਿੱਤ ਗਰਾਊਂਡ ਲੈਵਲ ਕਾਰਜਾਂ ਵਿੱਚ ਅਹਿਮ ਰੋਲ ਅਦਾ ਕਰੇਗੀ। ਅੱਜ ਹਲਕਾ ਗਿੱਲ ਤੋਂ ਅਤੇ ਜ਼ੋਨ ਗਿੱਲ ਤੋਂ ਸਾਡੇ ਮਾਤਾ ਭੁਪਿੰਦਰ ਕੌਰ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੇ ਇਲੈਕਸ਼ਨ ਲੜ ਰਹੇ ਨੇ, ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਰਣਜੀਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਸਾਹਿਬ ਦਾ, ਹਲਕੇ ਦੇ MLA ਅਵੈਦ ਸਾਹਿਬ ਦਾ ਅਤੇ ਸਾਰੀ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਬਹੁਤ ਵੱਡਾ ਮਾਣ ਦਿੱਤਾ, ਜਿਹੜਾ ਇਹ ਸੇਵਾ ਕਰਨ ਦਾ ਜਿਹੜਾ ਲੋਕਾਂ ਲਈ ਟਿਕਟ ਦੇ ਕੇ ਨਵਾਜਿਆ। ਸੋ ਮੈਂ ਸਾਰੀ ਪਾਰਟੀ ਦਾ ਧੰਨਵਾਦ ਕਰਦਾ ਅਤੇ ਉੱਥੇ ਸੰਗਤ ਨੂੰ ਬੇਨਤੀ ਅਪੀਲ ਕਰਦਾ ਕਿ ਸਾਡੇ ਮਾਤਾ ਜੀ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਾਓ, ਤਾਂ ਕਿ ਜਿਹੜੇ ਇਸ ਏਰੀਏ ਦੇ ਵਿੱਚ ਟੀਮ ਨੂੰ ਹੋਰ ਵੱਡਾ ਕਰਕੇ ਗਰਾਊਂਡ ਲੈਵਲ ਤੱਕ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਕਰਾਇਆ ਜਾ ਸਕੇ। ਸੋ ਇੰਨਾ ਕੁਛ ਕਹਿੰਦਾ ਆ ਅੰਤ ਦੇ ਵਿੱਚ ਸਾਰੀ ਸੰਗਤ ਦਾ, ਜਿਹੜੇ ਅੱਜ ਦਫ਼ਤਰ ਦੇ ਉਦਘਾਟਨ ਦੇ ਵਿੱਚ ਆਏ ਉਹਨਾਂ ਦਾ ਅਤੇ ਸਾਰੇ ਉਹਨਾਂ ਵੀਰਾਂ ਦਾ ਜਿਹੜੇ ਇਸ ਪਰਿਵਾਰ ਦੀ ਮਦਦ ਕਰ ਰਹੇ, ਉਹਨਾਂ ਦਾ ਦਿਲ ਦੀਆਂ ਕਰ ਰਹੀਆਂ ਜੋ ਧੰਨਵਾਦ। ਮੈਂ ਬਲਜਿੰਦਰ ਸਿੰਘ, ਸਾਬਕਾ ਸਰਪੰਚ ਪਿੰਡ ਧਰੌੜ। ਅੱਜ ਅਸੀਂ ਜ਼ਿਲ੍ਹਾ ਪ੍ਰੀਸ਼ਦ ਬੀਬੀ ਭੁਪਿੰਦਰ ਕੌਰ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ। ਬੜਾ ਹੀ ਲੋਕਾਂ 'ਚ ਉਤਸ਼ਾਹ, ਅਕਾਲੀ ਦਲ ਦੀ ਉਹ ਦੁਰਦਸ਼ਾ ਜਿੱਦਣ ਦਾ ਅਕਾਲੀ ਦਲ ਬਣਿਆ ਆਹ ਦੁਰਦਸ਼ਾ ਨਹੀਂ ਹੋਊ ਜਿਹੜੀ ਹੁਣ ਪਿੰਡਾਂ 'ਚ ਹੋ ਰਹੀ ਹੈ, ਨਿਕਲ ਗਏ ਲੋਕਾਂ ਦੇ ਦਿਲਾਂ ਦੇ ਵਿੱਚੋਂ ਜੋ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈਆਂ ਨੇ, ਔਰ ਗੁਰੂ ਦੀ ਵੀ ਸਾਡੇ ਦੀ ਬੇਅਦਬੀ ਹੋਈ, ਕੁੱਟ ਵੀ ਸਾਡੇ 'ਤੇ ਹੀ ਪਈ। ਗੁਰੂ ਵੀ ਸਾਡਾ ਹੀ ਗਲੀਆਂ 'ਚ ਰੋਲਿਆ, ਕੁੱਟੇ ਵੀ ਸਾਨੂੰ ਹੀ ਗਿਆ, ਕੁੱਟ ਕੁੱਟ ਮਨਾਉਂਦੇ ਸੀ, ਉਹ ਇਹਨਾਂ ਦੇ ਪਾਪਾਂ ਦਾ ਘੜਾ ਭਰ ਗਿਆ। ਹੁਣ ਮੱਕੜ ਵੀ ਬੋਲਦਾ, ਹੁਣ ਮਹੇਸ਼ ਇੰਦਰ ਗਰੇਵਾਲ ਵੀ ਬੋਲਦਾ, ਹੁਣ ਸਾਰੇ ਇੱਕ ਦੂਜੇ ਦਾ ਦੱਸਣ ਲੱਗੇ ਹੋਏ ਨੇ। ਇਹਨਾਂ ਦੇ ਜਿਹੜਾ ਹੁਣ ਤਾਂ ਕੁਦਰਤ ਵੀ ਨਹੀਂ ਚਾਹੁੰਦੀ ਵੀ ਕੁਦਰਤ ਨੇ ਵੀ ਇਹਨਾਂ ਦਾ ਪੱਠਾ ਪਟਾਉਣਾ। ਅਸੀਂ ਕੋਈ ਕਿਸੇ ਨੂੰ ਗਲਤ ਰਾਹ 'ਤੇ ਨਹੀਂ ਤੋਰਨਾ, ਕੋਈ ਕਿਸੇ ਨੂੰ ਅਸੀਂ ਕੋਈ ਗਲਤ, ਅਸੀਂ ਤਾਂ ਵੋਟ ਪਰਚੀ ਨਾਲ ਇਹਨਾਂ ਦਾ ਪਿੰਡਾਂ ਦੇ ਵਿੱਚ ਵਾਈਕਾਟ ਕਰਨਾ। ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਹੇ, ਜਿਹੜੇ ਉਮੀਦਵਾਰ ਨਹੀਂ ਪਿੰਡਾਂ 'ਚੋਂ ਇਹਨਾਂ ਨੂੰ ਮਿਲ ਰਹੇ ਉਮੀਦਵਾਰ ਕਢਾਉਣ ਨੂੰ, ਉਹੋ ਜਿਹੇ ਉਮੀਦਵਾਰ ਕਢਾ ਰਹੇ ਨੇ ਜਿਹਨਾਂ ਦਾ ਕੋਈ ਵਜੂਦ ਹੀ ਨਹੀਂ, ਜਿਹਨਾਂ ਦੀਆਂ ਬਿਜਲੀ ਦੇ ਕਨੈਕਸ਼ਨ ਕੱਟੇ ਹੋਏ ਨੇ ਜਿਹਨਾਂ ਦੇ। ਸੋ ਇਹਨਾਂ ਦਾ ਬਹੁਤ ਬੁਰਾ ਹਾਲ ਆ। ਇਹਨਾਂ ਨੂੰ ਜਿਹੜਾ ਰਿਜ਼ਲਟ ਆ ਆਉਣ ਵਾਲੇ ਸਮੇਂ 'ਚ, ਲੋਕ ਵੋਟ ਪਰਚੀ ਇਹਨਾਂ ਵਾਲਾ ਕੰਮ ਨਹੀਂ ਕਰਨਾ, ਅਸੀਂ ਹੱਥਾਂ 'ਚ ਅਸਾਲਟਾਂ ਨਹੀਂ ਫੜਾਉਣੀਆਂ, ਮਰਜੀਵੜੇ ਨਹੀਂ ਫੜਾਉਣੇ, ਸਾਹਾਂ ਨਹੀਂ ਖੜਾਉਣੀਆਂ, ਅਸੀਂ ਤਾਂ ਵੋਟ ਪਵਾਉਣੀ ਹੈ, ਵੋਟ ਲੋਕ ਪਾਉਣਗੇ, ਇਹਨਾਂ ਨੂੰ ਇਹਨਾਂ ਦੇ ਘਰਾਂ ਨੂੰ ਤੋਰਨਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।